ਹੁਣ ਦੇਖਦੇ ਹਾਂ ਅਸੀਂ ਪੰਜਾਬ ਇਸ ਗੀਤ ਵਿੱਚ ਮਤਾਬ ਕਿਸ ਨੂੰ ਕਿਹਾ ਗਿਆ ਹੈ ਮਤਾਬ ਕਿਹ ਹੈ ਗਿਆਨਿਆਂ ਨੂੰ ਮਤਾਬ ਕਿਹਾ ਗਿਆ ਹੈ ਊੜੇ ਵਾਲਾ ਬਿਲਕੁਲ ਸਹੀ ਹੈ ਇਸ ਗੀਤ ਵਿੱਚ ਨਾਗਰ ਦਾ ਕੀ ਅਰਥ ਹੈ ਨਾਗਰ ਦਾ ਅਰਥ ਹੈ ਉੱਤਮ ਬੀਕਦਮ ਉੱਤਮ ਹੈ ਨਾਗਰ ਇਹ ਤੇ ਤੇ ਹੁਣ ਅਸੀਂ ਅੱਗੇ ਚੱਲਾਂਗੇ ਤੇ ਗੀਤ ਦਾ ਮੁੱਖ ਜੋਰ ਕਿਸ ਗੱਲ ਉੱਪਰ ਹੈ ਬੜਾ ਤੁੰਦਲਾ ਆ ਰਿਹਾ ਥੋੜਾ ਤੇ ਨਾ ਗੀਤ ਦਾ ਮੁੱਖ ਜੋਰ ਕਿਸ ਗੱਲ ਉੱਪਰ ਹੈ ਤੇ ਐੜਾ ਏ ਪੰਜਾਬਣ ਮੁਟਿਆਰਾਂ ਤੇ ਵੀ ਪੰਜਾਬਣ ਮੁਟਿਆਰਾਂ ਤੇ ਗੀਤ ਦਾ ਜੋਰ ਏ ਫਿਰ ਕਹਿੰਦਾ ਬੇੜੇ ਵਿੱਚ ਕੌਣ ਬੈਠਾ ਸੀ ਬੇੜੇ ਵਿੱਚ ਕੌਣ ਬੈਠਿਆ ਸੀ ਹੀਰ ਬੇੜੇ ਵਿੱਚ ਬੈਠੀ ਹੋਈ ਸੀ ਜੇਲਮਕੀ ਹੈ ਜੇਲਮਕੀ ਏੜਾ ਇੱਕ ਪੰਛੀ ਦਾ ਨਾਮ ਹੈ ਜੋ ਕਿ ਗਲਤ ਏ ਇੱਕ ਦਰਿਆ ਦਾ ਨਾਮ ਲੱਗ ਰਿਹਾ ਮੈਨੂੰ ਪਰੰਦਾ ਮੈਨੂੰ ਪਤਾ ਨਹੀਂ ਆਂਦਾ ਮਤਲਬ ਪੂਰੀ ਤਰੀਕੇ ਨਾਲ ਸਾਨੂੰ ਨਹੀਂ ਪਤਾ ਵੀ ਇਹ ਸਹੀ ਏ ਜਾਂ ਗਲਤ ਏ ਪਰ ਲੇਕਿਨ ਜੇਲਮ ਇੱਕ ਦਰਿਆ ਸੀ ਸ਼ਾਇਦ ਜਾਂ ਫਿਰ ਇਹਦੇ ਵਿੱਚ ਕੋਈ ਹਾਂ ਪੰਛੀ ਹੋ ਸਕਦਾ ਹੈ ਸ਼ਾਇਦ ਤੇ ਫਿਰ ਇਹਦੇ ਉੱਤੇ ਤੁਸੀਂ ਪੰਛੀ ਹੈ ਇੱਕ ਤੇ ਇਹਦੇ ਉੱਤੇ ਤੁਸੀਂ ਟਿਕ ਕਰ ਦੇਣਾ ਸਭ ਤੋਂ ਸੋਨਾ ਦੇਸ਼ ਕਿਸ ਨੂੰ ਕਿਹਾ ਗਿਆ ਹੈ ਸਭ ਤੋਂ ਸੋਨਾ ਦੇਸ਼ ਕਿਹਨੂੰ ਕਿਹਾ ਗਿਆ ਏੜੀ ਪੰਜਾਬ ਨੂੰ ਸਭ ਤੋਂ ਸੋਨਾ ਦੇਸ਼ ਕਿਹਾ ਗਿਆ ਪੰਜਾਬੀ ਪੜ੍ਹਦੇ ਹੋ ਪੰਜਾਬ ਨੂੰ ਕਿਹਾ ਹੋਵੇਗਾ ਤੇ ਅਭਿਆਸ ਲਈ ਪ੍ਰਸ਼ਨ ਦੇਖੋ ਪੰਜਾਬ ਗੀਤ ਦਾ ਕੇਂਦਰੀ ਭਾਵ ਕੀ ਹੈ ਤੇ ਵਾਰਸ਼ਾ ਕਵਿਤਾ ਐ ਦੇਖੋ بارش ਕਵਿਤਾ ਅਮਰੀ ਦਾ ਇਹ ਦੇਖੋ ਸਾਰਾ ਗਲਤ ਲਿਖਿਆ ਆਇਆ ਸਾਰਾ ਗਲਤ ਲਿਖਿਆ ਹੈ ਫਿਰ ਪੰਜਾਬੀ ਗੀਤ ਦੇ ਉਦੇਸ਼ ਤੇ ਫਿਰ ਆ ਜਿਹੜੇ ਨੀਚੇ ਲਿਖਣ ਵਿਦਿਆਰਥੀ ਖੁਦ ਕਰਨ ਖੁਦ ਕਰਨ ਖੁਦ ਕਰਨ ਕੀ ਫਾਇਦਾ ਆ ਤੈਨੂੰ ਬੁੱਕ ਦੇਣ ਦਾ ਔਰ ਇਹ ਮਤਲਬ ਬੁੱਕ ਚ ਛਾਪਣ ਦਾ ਐਸ ਨਾਲ ਚੰਗਾ ਬੁੱਕ ਛਾਪਦਾ ਹੀ ਨਾ ਬਈ ਤੂੰ ਜਿਹੜੀ ਹਰਕਤ ਕੀਤੀ بارشਾ ਵਾਲੀ ਦੇਖੋ ਪਿੱਛੇ ਪਿੱਛੇ ਦੀ ਉੱਠ ਕੇ ਅੱਗੇ ਰੱਖ ਦਿੱਤੀ ਇਹਨਾਂ ਨੇ ਉਹ بارشਾ ਵਾਲੀ ਅਸੀਂ ਪਿੱਛੇ ਪੜ ਕੇ ਹਟਿਆਂ ਤੇ ਆ ਗਲਤ ਬੁੱਕ ਕੇ ਤੇ ਐਸੇ ਲਈ ਇਹ ਚੈਪਟਰ ਦੇ ਜਿਹੜੇ ਉੱਤੇ ਉੱਤੇ ਵਾਲੇ ਨੇ ਆ ਤੁਸੀਂ ਪੜ੍ਹ ਲੈਣਾ ਪੰਜਾਬੀ ਗੀਤ ਦਾ ਕੇਂਦਰੀ ਭਾਵ ਕੀ ਹੈ ਤੇ ਇਹ ਮਤਲਬ ਪੰਜਾਬੀ ਗੀਤ ਦੇ ਬਾਰੇ ਥੋੜਾ ਬੋਤਾ ਹੋਏਗਾ ਤੁਸੀਂ ਲਿਖ ਦੇਣਾ ਬਸ